ਮੂਵੀ ਦੇ ਸ਼ੁਰੂ ਵਿੱਚ ਇੱਕ ਛੋਟਾ ਜਿਹਾ ਬੱਚਾ ਵਿੰਡੋ ਦੇ ਸ਼ੀਸ਼ੇ ਤੇ ਕੁਝ ਬਣਾ ਰਿਹਾ ਹੁੰਦਾ ਹੈ। ਬਾਹਰ ਬਹੁਤ ਮੀਂਹ ਪੈ ਰਿਹਾ ਸੀ ਤੇ ਉਹ ਛੋਟਾ ਬੱਚਾ ਬਹੁਤ ਉਦਾਸ ਹੈ। ਉਹ ਵਿੰਡੋ ਤੋਂ ਬਾਹਰ ਦੇਖ ਰਿਹਾ ਹੁੰਦਾ ਹੈ। ਦੂਜੀ ਸਾਈਡ ਅਸੀਂ ਦੇਖਦੇ ਹਾਂ ਕਿ ਇੱਕ ਲੇਡੀ ਇੱਕ ਛੋਟੀ ਬੱਚੀ ਦੇ ਨਾਲ ਕਿਤੇ ਜਾ ਰਹੀ ਹੁੰਦੀ ਹੈ। ਉਹਦੀ ਗੱਡੀ ਵਿੱਚ ਇੱਕ ਘਟੌਣਿਆ ਦਾ ਡੱਬਾ ਪਿਆ ਹੁੰਦਾ ਹੈ। ਫਿਰ ਉਹ ਐਡਰੈਸ ਚੈੱਕ ਕਰਦੀ ਹੈ ਅਤੇ ਆਪਣੀ ਗੱਡੀ ਨੂੰ ਇੱਕ ਸਾਈਡ ਤੇ ਪਾਕ ਕਰ ਦਿੰਦੀ ਹੈ। ਫਿਰ ਉਹ ਗੱਡੀ ਵਿੱਚ ਪਿਛਲੀ ਸੀਟ ਤੇ ਬੈਠੀ ਛੋਟੀ ਬੱਚੀ ਵੱਲ ਵੇਖਦੀ ਹੈ। ਜੋ ਕਿ ਉਸਨਾਂ ਨਰਾਜ਼ ਸੀ ਇਸ ਤੋਂ ਬਾਅਦ ਉਹ ਲੇਡੀ ਗੱਡੀ ਤੋਂ ਬਾਹਰ ਆਉਂਦੀ ਹੈ ਤੇ ਇੱਕ ਪੀਲਾ ਅੰਬ੍ਰੇਲਾ ਓਪਨ ਕਰਦੀ ਹੈ ਅੰਬ੍ਰੇਲਾ ਦੇਖਦੇ ਹੀ ਉਹ ਛੋਟਾ ਨੰਨਾ ਬੱਚਾ ਖੁਸ਼ੀ ਨਾਲ ਭੱਜਣ ਲੱਗਦਾ ਹੈ ਤੇ ਉਹ ਛੋਟੀ ਬੱਚੀ ਕਾਰ ਤੋਂ ਬਾਹਰ ਆ ਜਾਂਦੀ ਹੈ ਅਸਲ ਵਿੱਚ ਉਹ ਦੋਨੋਂ ਇੱਕ ਔਰਫਨੇਜ ਵਿੱਚ ਆਏ ਸੀ ਇਸ ਤੋਂ ਬਾਅਦ ਉਹ ਦੋਨੋਂ ਔਰਫਨੇਜ ਦੇ ਅੰਦਰ ਚਲੇ ਜਾਂਦੇ ਹਨ ਅੰਦਰ ਜਾਂਦੇ ਹੀ ਉਹ ਛੋਟੀ ਬੱਚੀ ਉੱਥੇ ਦੇ ਬੱਚਿਆਂ ਦੁਆਰਾ ਬਣਾਈ ਗਈ ਪੇਂਟਿੰਗਸ ਨੂੰ ਇੱਧਰ ਉੱਧਰ ਦੀਵਾਰਾਂ ਤੇ ਲੱਗਿਆ ਵੇਖਦੀ ਹੈ ਫਿਰ ਉਹ ਛੋਟੀ ਬੱਚੀ ਉਸ ਪਿੱਲੇ ਅੰਬ੍ਰੇਲੇ ਨੂੰ ਉੱਥੇ ਰੱਖੇ ਅੰਬ੍ਰੇਲਾ ਸਟੈਂਡ ਵਿੱਚ ਰੱਖ ਦਿੰਦੀ ਹੈ ਉਹ ਛੋਟਾ ਨੰਨਾ ਬੱਚਾ ਲੁੱਕ ਕੇ ਉਸ ਬੱਚੀ ਨੂੰ ਵੇਖ ਰਿਹਾ ਹੁੰਦਾ ਹੈ ਫਿਰ ਉਹ ਲੇਡੀ ਉਸ ਖਿਡੌਣਿਆਂ ਦੇ ਡੱਬੇ ਨੂੰ ਖੋਲ੍ਹ ਦਿੰਦੀ ਹੈ ਅਤੇ ਸਾਰੇ ਬੱਚੇ ਉਸ ਕੋਲ ਆ ਜਾਂਦੇ ਹਨ ਤੇ ਉਸ ਡੱਬੇ ਵਿੱਚੋਂ ਖਿਡੌਣੇ ਲੈ ਲੈਂਦੇ ਹਨ ਸਾਰੇ ਬੱਚੇ ਬਹੁਤ ਖੁਸ਼ ਹੋ ਜਾਂਦੇ ਹਨ ਫਿਰ ਉਹ ਛੋਟੀ ਬੱਚੀ ਆਪਣੇ ਅੰਬ੍ਰੇਲਾ ਨੂੰ ਵੇਖਦੀ ਹੈ ਉਸ ਦਾ ਅੰਬ੍ਰੇਲਾ ਉੱਥੋਂ ਗਾਇਬ ਹੁੰਦਾ ਹੈ ਲੇਕਿਨ ਉਸ ਸਟੈਂਡ ਤੋਂ ਪਾਣੀ ਦੀਆਂ ਬੂੰਦਾਂ ਪੌੜੀਆਂ ਵੱਲ ਜਾ ਰਹੀਆਂ ਹੁੰਦੀਆਂ ਹਨ ਫਿਰ ਉਹ ਬੱਚੀ ਪਾਣੀ ਦੀਆਂ ਬੂੰਦਾਂ ਦਾ ਪਿੱਛਾ ਕਰਦੇ ਹੋਏ ਪੌੜੀਆਂ ਚੜ੍ਹ ਕੇ ਇੱਕ ਕਮਰੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਉਹ ਛੋਟਾ ਨੰਨਾ ਬੱਚਾ ਅਲਮਾਰੀ ਵਿੱਚ ਕੁਝ ਕਰ ਰਿਹਾ ਹੁੰਦਾ ਹੈ ਉਹ ਛੋਟੀ ਬੱਚੀ ਗੁੱਸੇ ਨਾਲ ਉਸ ਵੱਲ ਵੇਖਦੀ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਅੰਬ੍ਰੇਲਾ ਉਸ ਛੋਟੇ ਬੱਚੇ ਨੇ ਹੀ ਛੁਪਾਇਆ ਹੈ ਉਹ ਬੱਚੀ ਅਲਮਾਰੀ ਦਾ ਦਰਵਾਜ਼ਾ ਜ਼ੋਰ ਨਾਲ ਖਿੱਚਦੀ ਹੈ ਅਲਮਾਰੀ ਦਾ ਸਾਰਾ ਸਮਾਨ ਉਹਨਾਂ ਦੋਨਾਂ ਤੇ गिर ਜਾਂਦਾ ਹੈ ਆਵਾਜ਼ ਸੁਣ ਕੇ ਦੋਨੋਂ ਲੇਡੀਆਂ ਨੀਚੇ ਤੋਂ ਉੱਪਰ ਭੱਜ ਕੇ ਆਉਂਦੀਆਂ ਹਨ ਉਦੋਂ ਹੀ ਛੋਟੀ ਬੱਚੀ ਆਪਣੀ ਮਾਂ ਨੂੰ ਦੱਸਦੀ ਹੈ ਕਿ ਇਸ ਬੱਚੇ ਨੇ ਸਾਡਾ ਅੰਬਰੀਲਾ ਛੁਪਾਇਆ ਹੈ ਛੋਟੀ ਬੱਚੀ ਉਸ ਨੰਨੇ ਬੱਚੇ ਤੋਂ ਅੰਬਰੀਲਾ ਖੋਹ ਲੈਂਦੀ ਹੈ ਤੇ ਉਹ ਛੋਟਾ ਬੱਚਾ ਰੋਣ ਲੱਗ ਜਾਂਦਾ ਹੈ ਫਿਰ ਸਾਨੂੰ ਉਸ ਬੱਚੇ ਦੇ ਪਾਸਟ ਦੀ ਸਟੋਰੀ ਦਿਖਾਈ ਜਾਂਦੀ ਹੈ ਜਿੱਥੇ ਉਹ ਆਪਣੇ ਪਾਪਾ ਨਾਲ ਹੁੰਦਾ ਹੈ ਉਸਦੇ ਪਾਪਾ ਕੋਲ ਵੀ ਇੱਕ ਪੀਲਾ ਅੰਬਰੀਲਾ ਹੁੰਦਾ ਹੈ ਉਸ ਅੰਬਰੇਲਾ ਦੇ ਵਿੱਚ ਉਹ ਮੀਂਹ ਵਾਲੀ ਰਾਤ ਨੂੰ ਇਸ ਔਰਫਨਿਸ ਦੇ ਵਿੱਚ ਆਇਆ ਸੀ ਔਰਫਨਿਸ ਦੇ ਦਰਵਾਜ਼ੇ ਤੇ ਆ ਕੇ ਉਸਦੇ ਪਾਪਾ ਉਸਦੇ ਮੱਥੇ ਨੂੰ ਚੁੰਮਦੇ ਹਨ ਅਤੇ ਉਸ ਨੂੰ ਪਿਆਰ ਕਰਦੇ ਹਨ ਫਿਰ ਉਹ ਉਸ ਨੂੰ ਆਪਣਾ ਸਕਾਫ ਪਹਿਨਾ ਦਿੰਦੇ ਹਨ ਅਤੇ ਉਸ ਨੂੰ ਉੱਥੇ ਹੀ ਛੱਡ ਕੇ ਉਸ ਪੀਲੇ ਅੰਬਰੇਲੇ ਨੂੰ ਲੈ ਕੇ ਰੋਂਦੇ ਹੋਏ ਉੱਥੋਂ ਚਲੇ ਜਾਂਦੇ ਹਨ ਉਹ ਛੋਟਾ ਬੱਚਾ ਉਹਨਾਂ ਨੂੰ ਜਾਂਦੇ ਹੋਏ ਤੀਖਤਾ ਰਹਿੰਦਾ ਹੈ ਹੁਣ ਪ੍ਰੈਜ਼ੈਂਟ ਵਿੱਚ ਉਹ ਉਹਨਾਂ ਗੱਲਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦਾ ਹੈ ਉਸ ਬੱਚੀ ਦੀ ਸਟੋਰੀ ਸੁਣ ਕੇ ਲੇਡੀ ਛੋਟੀ ਬੱਚੀ ਨੂੰ ਅੰਬ੍ਰੇਲਾ ਉਸ ਛੋਟੇ ਨੰਨੇ ਬੱਚੇ ਨੂੰ ਦੇਣ ਲਈ ਕਹਿੰਦੀ ਹੈ ਉਹ ਛੋਟੀ ਬੱਚੀ ਉਸ ਛੋਟੇ ਨੰਨੇ ਬੱਚੇ ਨੂੰ ਅੰਬ੍ਰੇਲਾ ਤੀ ਦਿੰਦੀ ਹੈ ਅੰਬ੍ਰੇਲਾ ਨੂੰ ਲੈ ਕੇ ਉਹ ਬੱਚਾ ਬਹੁਤ ਖੁਸ਼ ਹੋ ਜਾਂਦਾ ਹੈ ਅਗਲੇ ਸੀਨ ਵਿੱਚ ਸਾਨੂੰ ਦਿਖਾਇਆ ਜਾਂਦਾ ਹੈ ਕਿ ਉਹ ਛੋਟਾ ਬੱਚਾ ਹੁਣ ਬੁੱਢਾ ਹੋ ਗਿਆ ਹੈ ਪਰ ਉਹ ਪੀਲਾ ਅੰਬ੍ਰੇਲਾ ਹਲੇ ਵੀ ਉਸ ਕੋਲ ਹੈ ਹੁਣ ਉਸ ਦੀ ਅੰਬ੍ਰੇਲਾਸ ਦੀ ਇੱਕ ਦੁਕਾਨ ਹੁੰਦੀ ਹੈ ਜਿੱਥੇ ਇੱਕ ਛੋਟੀ ਬੱਚੀ ਆਕੇ ਉਸੇ ਪੀਲੇ ਅੰਬ੍ਰੇਲੇ ਨੂੰ ਪਸੰਦ ਕਰਦੀ ਹੈ ਤੇ ਉਸ ਤੋਂ ਮੰਗਣ ਲੱਗ ਜਾਂਦੀ ਹੈ ਉਹ ਉਸ ਬੱਚੀ ਨੂੰ ਪੀਲਾ ਅੰਬ੍ਰੇਲਾ ਦੇ ਦਿੰਦਾ ਹੈ ਉਸ ਅੰਬ੍ਰੇਲੇ ਨੂੰ ਲੈ ਕੇ ਉਹ ਛੋਟੀ ਬੱਚੀ ਖੁਸ਼ ਹੁੰਦੇ ਹੋਏ ਦੁਕਾਨ ਤੋਂ ਚਲੀ ਜਾਂਦੀ ਹੈ ਉਦੋਂ ਹੀ ਸ਼ੀਸ਼ੇ ਵਿੱਚੋਂ ਉਸ ਬੁੱਢੇ ਨੂੰ ਆਪਣੇ ਪਾਪਾ ਪੀਲਾ ਅੰਬ੍ਰੇਲਾ ਲੈ ਕੇ ਜਾਂਦੇ ਹੋਏ ਦਿਖਾਈ ਦਿੰਦੇ ਹਨ ਉਹਨਾਂ ਕੋਲ ਪਹੁੰਚਣ ਲਈ ਉਹ ਭੱਜਦਾ ਹੋਇਆ ਜਾਂਦਾ ਹੈ ਤੇ ਜਾਂਦੇ ਜਾਂਦੇ ਰਸਤੇ ਵਿੱਚ ਟਿੱਕ ਜਾਂਦਾ ਹੈ ਉਸਦੇ ਪਾਪਾ ਉਸਦੇ ਖਿਆਲਾਂ ਵਿੱਚ ਸੀ ਕਿਉਂ ਜਲਦੀ ਜਲਦੀ ਗਾਇਬ ਹੋ ਜਾਂਦੇ ਹਨ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਉਦੋਂ ਹੀ ਉਸ ਦੀ ਵਾਈਫ ਯਾਨੀ ਕਿ ਉਹ ਹੀ ਛੋਟੀ ਬੱਚੀ ਆਉਂਦੀ ਹੈ ਤੇ ਪਿਆਰ ਨਾਲ ਉਸ ਨੂੰ ਆਪਣੇ ਗਲੇ ਲਾ ਲੈਂਦੀ ਹੈ ਫਿਰ ਦੋਨੋਂ ਆਪਣੀ ਦੁਕਾਨ ਤੇ ਵਾਪਸ ਚਲੇ ਜਾਂਦੇ ਹਨ ਤੇ ਇੱਥੇ ਹੀ ਇਹ ਸਟੋਰੀ ਖਤਮ ਹੋ ਜਾਂਦੀ ਹੈ ਤੁਹਾਨੂੰ ਸਾਡੀ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਐਦਾਂ ਦੀ ਹੋਰ ਸਟੋਰੀਜ਼ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ